ਸੋਸ਼ਲ ਮੀਡੀਆ ਜਿਸ ਨੂੰ ਇਸ ਯੁੱਗ ਦੀ ਕ੍ਰਾਂਤੀ ਵੀ ਮੰਨਿਆ ਜਾਂਦਾ ਹੈ ਅਤੇ ਚੋਣਾਂ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਤੇ ਵੀ ਕਾਫੀ ਪ੍ਰੋਐਕਟਿਵ ਹੁੰਦੀਆਂ ਨੇ ਤੇ ਪੰਜਾਬ 'ਚ ਹੋਈਆਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸੋਸ਼ਲ ਮੀਡੀਆ ਆਮ ਆਦਮੀ ਪਾਰਟੀ ਦੇ ਲਈ ਵੱਡਾ ਫਾਇਦਾ ਦੇ ਕੇ ਗਿਆ। ਆਮ ਆਦਮੀ ਪਾਰਟੀ ਦਾ ਪ੍ਰਚਾਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹੋਇਆ ਅਤੇ ਆਮ ਆਦਮੀ ਪਾਰਟੀ 100 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਸੋਸ਼ਲ ਮੀਡੀਆ ਤੇ ਕਰਦੀ ਨਜ਼ਰ ਆ ਰਹੀ ਸੀ ਅਤੇ ਵੱਡੇ ਆਗੂ ਦਿਨ ਰਾਤ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੇ ਸਨ। ਪਰ ਹੁਣ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਖਿਲਾਫ ਹੋ ਰਹੇ ਕੂੜ ਪ੍ਰਚਾਰ ਤੇ ਕਾਫੀ ਔਖੀ ਹੋ ਗਈ ਲੱਗਦੀ ਹੈ। ਦਰਅਸਲ ਸੋਸ਼ਲ ਮੀਡੀਆ ਤੇ ਕੁਝ ਸਕਰੀਨਸ਼ਾਟ ਵਾਇਰਲ ਹੋ ਰਹੇ ਨੇ ਜਿਨ੍ਹਾਂ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪ ਦੀ ਇੱਕ ਵਟਸਐਪ ਗਰੁੱਪ 'ਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਭਗਵੰਤ ਮਾਨ ਤੇ ਬਲਜਿੰਦਰ ਕੌਰ, ਹਰਪਾਲ ਚੀਮਾ ਵੀ ਪਾਰਟੀ ਦੇ ਲਈ ਫੰਡ ਇਕੱਠੇ ਕਰਨ ਲਈ ਕੋਈ ਬਰਗਾੜੀ ਵਰਗਾ ਧਮਾਕਾ ਕਰਨ ਅਤੇ ਆਪ ਦੀ ਫੰਡਿੰਗ ਵਧਾਉਣ ਦੀ ਗੱਲ ਕਰ ਰਹੇ ਨੇ। ਪਰ ਆਪ ਦੇ ਲੀਗਲ ਸੈੱਲ ਦੇ ਮੁਖੀ ਜਸਤੇਜ ਅਰੋੜਾ ਨੇ ਇਸ ਚੈਟ ਨੂੰ ਬਿਲਕੁਲ ਝੂਠਾ ਤੇ ਨਿਰਾਧਾਰ ਦੱਸਿਆ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਜਿਹੀਆਂ ਝੂਠੀਆਂ ਗੱਲਾਂ ਫੈਲਾਉਣ ਵਾਲੀਆਂ ਵੈਬਸਾਈਟਸ ਅਤੇ ਹੋਰ ਗਰੁੱਪਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਹ ਜੋ ਸਨੈਪਸ਼ਾਟ ਅਸੀਂ ਦੇਖੇ ਹੈ, ਅਸੀਂ ਸਿਰਫ ਇਹਨੂੰ ਇਹਦੀ ਨਿਖੇਧੀ ਕਰਦੇ ਹਾਂ। ਇਹ ਬਹੁਤ ਗੰਦੀ ਰਾਜਨੀਤੀ ਸ਼ੁਰੂ ਕਰਤੀ ਹੈ ਵਿਰੋਧੀਆਂ ਨੇ। ਅਸਲ 'ਚ ਜੋ ਪਿੱਛੇ ਰੈਲੀਆਂ ਹੋਈਆਂ, ਬਰਨਾਲੇ 'ਚ ਰੈਲੀ ਹੋਈ ਅਤੇ ਪੰਚਾਇਤ ਦੀ ਇਲੈਕਸ਼ਨਸ ਹੋਈਆਂ, ਉਹਦੇ 'ਚ ਜੋ ਜਿਸ ਤਰ੍ਹਾਂ ਦਾ ਸਾਨੂੰ ਹੁੰਗਾਰਾ ਦਿੱਤਾ ਲੋਕਾਂ ਨੇ, ਇਸ ਤੋਂ ਇਹ ਵਿਰੋਧੀ ਜਿਹੜੇ ਨੇ ਇਹ ਘਬਰਾ ਗਏ ਹੈ ਅਤੇ ਇਹ ਇਹੋ ਜਿਹੇ ਮਤਲਬ ਕੋਝੀ ਰਾਜਨੀਤੀ 'ਤੇ ਉਤਰ ਗਏ ਹੈ। ਇਲੈਕਸ਼ਨਾਂ ਸਿਰ 'ਤੇ ਆ ਗਈਆਂ, ਇਹ ਉਹੀ ਪੁਰਾਣੀ ਰਾਜਨੀਤੀ ਜਿਵੇਂ ਇਹਨਾਂ ਨੇ 2017 ਦੇ ਵਿੱਚ ਸਾਨੂੰ ਬਦਨਾਮ ਕਰਨ ਲਈ ਟਾਈਮ ਟੂ ਟਾਈਮ ਇਹੋ ਜਿਹੇ ਮਾੜੇ ਕੰਮ ਕੀਤੇ ਅਤੇ ਮਾੜੀ ਪਬਲਿਸਿਟੀ ਕੀਤੀ ਇਹਨਾਂ ਨੇ ਸਾਡੇ ਰਿਲੇਟਡ। ਇਹ ਹੁਣ 2019 ਦੇ ਇਲੈਕਸ਼ਨਾਂ ਵੀ ਸਿਰ 'ਤੇ ਆ ਗਈਆਂ ਅਤੇ ਇੱਦਾਂ ਦਾ ਇਹ ਸਭ ਕੁਛ ਇਹ ਦੁਬਾਰਾ ਤੋਂ ਕਰਨਾ ਸ਼ੁਰੂ ਹੋ ਗਿਆ। ਮੇਰੀ ਲੋਕਾਂ ਨੂੰ ਇਹ ਬਹੁਤ ਰਿਕੁਐਸਟ ਹੈ ਤੁਹਾਡੇ ਚੈਨਲ ਦੇ ਰਾਹੀਂ ਕਿ ਇਸ ਗੰਦੀ ਰਾਜਨੀਤੀ ਤੋਂ ਇਸ ਇਹਨਾਂ ਦੀ ਕੋਝੀ ਰਾਜਨੀਤੀ ਤੋਂ ਬਚ ਕੇ ਰਹਿਣ। ਸਾਡੇ ਬਾਰੇ ਹੋਰ ਵੀ ਗਲਤ ਅਤੇ ਮਾੜੀਆਂ ਅਫਵਾਹਾਂ ਇਹ ਲੋਕ ਫੈਲਾਉਣ ਦੀ ਕੋਸ਼ਿਸ਼ ਕਰਨਗੇ ਅਤੇ ਅਸੀਂ ਇਹਨਾਂ ਦੇ ਖਿਲਾਫ਼ ਹੁਣ ਐਕਸ਼ਨ ਵੀ ਲਵਾਂਗੇ ਅਤੇ ਛੇਤੀ ਤੁਸੀਂ ਦੇਖੋਗੇ ਕਿ ਅਸੀਂ ਪੁਲਿਸ ਨੂੰ ਕੰਪਲੇਂਟ ਕਰਾਂਗੇ ਇਹਨਾਂ ਦੇ ਖਿਲਾਫ਼। ਨਹੀਂ, ਜਿਸ ਤਰ੍ਹਾਂ ਦੇ ਸਨੈਪਸ਼ਾਟ ਸਾਹਮਣੇ ਆਏ ਨੇ, ਤੁਹਾਨੂੰ ਲੱਗਦਾ ਵੀ ਕੀ ਇਹ ਕ੍ਰੀਏਟ ਕੀਤੇ ਗਏ ਨੇ ਜਾਂ ਸੱਚਮੁੱਚੀ ਕਿਤੋਂ ਕਿਸੇ ਨੇ ਇਹ ਲੀਕ ਆਊਟ ਕੀਤਾ ਹੈਗਾ? ਇਹ ਤਾਂ 110% ਫੋਰਜਡ ਫੈਬਰੀਕੇਟਡ ਫਰੋਡ ਹੈ। ਇਹ ਬਹੁਤ ਵੱਡਾ ਧੋਖਾ ਹੈ। ਆਈਟੀ ਐਕਟ 2000 ਬਹੁਤ ਕਲੀਅਰ ਹੈ, ਸੈਕਸ਼ਨ 66 ਇਹਨਾਂ ਮਾਮਲਿਆਂ ਦੇ ਵਿੱਚ। ਇਹ ਜਾਣ ਬੁੱਝ ਕੇ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਆਮ ਆਦਮੀ ਪਾਰਟੀ ਨੂੰ ਬਦਨਾਮ ਕੀਤਾ ਜਾਵੇ। ਪਰ ਇਹ ਅਸੀਂ ਇਹਨਾਂ ਨੂੰ ਇਹਨਾਂ ਦੇ ਜਿਹੜੇ ਇਹ ਜਿਹੜੀ ਕੋਸ਼ਿਸ਼ਾਂ ਨੇ, ਇਹ ਮਾੜੀ ਕੋਸ਼ਿਸ਼ਾਂ ਨੇ, ਇਹਨਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਵਿਰੋਧੀਆਂ ਕਿਹਨੂੰ ਦੇਖਦੇ ਹੋ ਤੁਸੀਂ? ਕਿਹੜੀ ਕਿਹਨੂੰ ਆਸਕਰ ਟਾਰਗੇਟ ਕਿਹਨੂੰ ਕਰਦੇ ਹੈਗੇ ਹੋ ਤੁਸੀਂ? ਕਿਉਂਕਿ ਬਾਕੀ ਬਹੁਤ ਵਿਰੋਧੀ ਪਾਰਟੀਆਂ ਹੈਗੀਆਂ ਨੇ ਕਿ ਸਿੱਧੇ ਤੌਰ 'ਤੇ ਤੁਹਾਨੂੰ ਸ਼ੱਕ ਹੈ ਕਿਸੇ 'ਤੇ? ਦੇਖੋ, ਜਦੋਂ ਆਮ ਆਦਮੀ ਪਾਰਟੀ ਦਾ ਸਵਾਲ ਆਉਂਦਾ ਉਦੋਂ ਤਾਂ ਇਹ ਸਾਰੇ ਵਿਰੋਧੀ ਇੱਕ ਹੋ ਜਾਂਦੇ ਆ। ਕਿੰਨੀ ਵਾਰੀ ਆਇਆ ਕਿ ਬੀਜੇਪੀ ਨੇ ਆਪਣਾ ਵੋਟ ਸ਼ੇਅਰ ਟ੍ਰਾਂਸਫਰ ਕੀਤਾ ਕਾਂਗਰਸ ਨੂੰ ਜਿਤਾਉਣ ਲਈ? ਅੱਜ ਦੀ ਡੇਟ 'ਚ ਕੈਪਟਨ ਸਾਹਿਬ ਪਤਾ ਲੱਗਦਾ ਸਾਫ਼ ਹੀ ਅਕਾਲੀ ਅਤੇ ਭਾਜਪਾ ਨੇ ਜਦੋਂ ਵੋਟ ਸ਼ੇਅਰ ਉਸ ਲਈ ਟ੍ਰਾਂਸਫਰ ਕੀਤਾ ਅਤੇ ਹੁਣ ਕੈਪਟਨ ਸਾਹਿਬ ਇਹਨਾਂ ਦੇ ਖਿਲਾਫ਼ ਕੋਈ ਐਕਸ਼ਨ ਵੀ ਨਹੀਂ ਲੈ ਰਹੇ ਇਸੇ ਕਰਕੇ। ਪਹਿਲਾਂ ਤਾਂ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਆ ਰਹੇ ਸੀ ਵੀ ਇੱਕ ਵਾਰੀ ਸੀਐਮ ਬਣਾਓ ਕੈਪਟਨ ਸਾਹਿਬ ਨੂੰ ਅਤੇ ਉਹ ਡਰੱਗ ਮਾਫੀਆ ਦੇ ਜਿਹੜੇ ਸਰਗਨਾ ਨੇ ਉਹਨਾਂ ਨੂੰ ਅੰਦਰ ਕਰਨਗੇ। ਉਹ ਕਹਿੰਦੇ ਸੀ ਕਿ ਹਰ ਟਾਈਪ ਦਾ ਜਿਹੜਾ ਟ੍ਰਾਂਸਪੋਰਟ ਮਾਫੀਆ ਨੂੰ ਖਤਮ ਕਰਨਗੇ, ਪਰ ਤੁਸੀਂ ਖਤਮ ਹੁੰਦਾ ਨਹੀਂ ਦੇਖਿਆ। ਕਿਉਂ? ਕਿਉਂਕਿ ਕਾਂਗਰਸ ਦੀ ਸਰਕਾਰ ਬਣੀ ਹੀ ਇਹ ਅਕਾਲੀ ਭਾਜਪਾ ਦੀ ਬਦੌਲਤ ਹੈ। ਇਹ ਤਾਂ ਸਾਰੇ ਜਿੰਨੇ ਵੀ ਨੇ ਸਾਰੇ ਰਲ ਜਾਂਦੇ ਉਸ ਵੇਲੇ ਜਦੋਂ ਆਮ ਆਦਮੀ ਪਾਰਟੀ ਦਾ ਨਾਮ ਆਉਂਦਾ ਹੈ।